ਦਾਸ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤਖ਼ਤ ਸਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦਾ 1956 ਦਾ ਇੱਕ ਐਕਟ ਬਣਿਆ ਹੋਇਆ ਹੈ ਜਿਹਦੇ ਅਧੀਨ ਗੁਰਦੁਆਰਾ ਸਾਹਿਬ ਦਾ ਪੂਰਾ ਪ੍ਰਬੰਧ ਚੱਲਦਾ ਹੈ ਪਿਛਲੇ ਦਿਨੀ ਮਹਾਰਾਸ਼ਟਰ ਸਰਕਾਰ ਨੇ ਇਸ 1956 ਐਕਟ ਵਿੱਚ ਧਾਰਾ 11 ਵਿੱਚ ਤਬਦੀਲੀ ਕਰਕੇ ਗੁਰਦੁਆਰਾ ਬੋਰਡ ਦਾ ਜਿਹੜਾ ਪ੍ਰਧਾਨ 17 ਮੈਂਬਰ ਵਿੱਚੋਂ ਚੁਣਿਆ ਜਾਂਦਾ ਸੀ ਉਹ ਅਧਿਕਾਰ ਮਹਾਰਾਸ਼ਟਰ ਸਰਕਾਰ ਨੇ ਆਪਣੇ ਕੋਲ ਲੈ ਲਿਆ ਜਿਸਦੇ ਅਧੀਨ ਇਸ ਬੋਰਡ ਦਾ ਪ੍ਰਧਾਨ ਮਹਾਰਾਸ਼ਟਰ ਸਰਕਾਰ ਵੱਲੋਂ ਨਿਯੁਕਤ ਕੀਤਾ ਜਾਂਦਾ ਹੈ ਇਸ ਵਿਰੋਧ ਵਿੱਚ ਹਜ਼ੂਰੀ ਸਾਧ ਸੰਗਤ ਵੱਲੋਂ ਕੱਲ੍ਹ ਸਵੇਰੇ 11 ਵਜੇ ਗੁਰਦੁਆਰਾ ਗੇਟ ਨੰਬਰ 1 ਤੋਂ ਕਲੈਕਟਰ ਸਾਹਿਬ ਤੇ ਘਰ ਇੱਕ ਮੋਰਚਾ ਕੱਢਿਆ ਜਾ ਰਿਹਾ ਹੈ ਹਜ਼ੂਰੀ ਸੰਗਠਨਾਂ ਵੱਲੋਂ ਸੰਗਤਾਂ ਨੂੰ ਬੇਨਤੀ ਹੈ ਕੱਲ੍ਹ ਸਵੇਰੇ 11 ਵਜੇ ਮੋਰਚੇ ਵਿੱਚ ਹਾਜ਼ਰਾ ਭਰਨ ਦੀ ਕਿਰਪਾਲਤਾ ਕਰਨੀ ਜੀ।